ਜਦੋਂ ਬਾਅਦ ਚ ਆ ਕੇ ਗਿਆਨੀ ਜੈਲ ਸਿੰਘ ਚੀਫ ਮਿਨਿਸਟਰ ਬਣ ਗਿਆ ਨਾ ਪੰਜਾਬ ਦੇ, ਉਹਨਾਂ ਉਹ ਆ ਕੇ ਇੱਥੇ ਠਹਿਰੇ ਤਕਰੀਬ ਨੂੰ। ਅੱਛਾ ਇੱਥੇ ਠਹਿਰਦੇ? ਹਾਂਜੀ, ਉਹਨਾਂ ਨੇ ਦੁਬਾਰੇ ਇਹਨੂੰ ਮੁਰੰਮਤ ਕਰਾ ਕੇ ਉਦੋਂ ਤਿਆਰ ਕਰਵਾਈ ਦੁਬਾਰੇ, ਫਿਰ ਹੈ ਜਿਹੜੀ ਹੁਣ ਡੈਕੋਰੇਸ਼ਨ ਬਣਾਈ ਹੈ ਨਾ ਇਹ ਉਦੋਂ ਦੀ ਉਹਨਾਂ ਦੀ ਬਣਾਈ ਹੋਈ ਹੈ। ਅੱਛਾ, ਉਦੋਂ ਪਹਿਲਾਂ ਜਿੱਦਾਂ ਗਿਆਨੀ ਜੈਲ ਸਿੰਘ ਹੋਰਾਂ ਨੇ ਦੁਬਾਰੇ ਡੈਕੋਰੇਸ਼ਨ ਕਰਵਾਈ ਆ, ਉਦੋਂ ਪਹਿਲਾਂ ਕੀ ਹੋਇਆ? ਆਪਾਂ ਅੰਦਰ ਨੂੰ ਚੱਲਾਂਗੇ, ਉਦੋਂ ਪਹਿਲਾਂ ਕੀ ਹੋਇਆ ਕਰਦਾ ਸੀ? ਉਦੋਂ ਪਹਿਲਾਂ ਜੀ ਇੱਥੇ ਅਫਸਰਾਂ ਨੇ ਆਉਣਾ, ਡੀ ਸੀ ਸਾਹਿਬ ਨੇ, ਐਸ ਡੀ ਐਮ ਸਾਹਿਬ ਨੇ, ਈਵਨ ਤਹਿਸੀਲਦਾਰ ਸਾਹਿਬ ਨੇ, ਉਹਨਾਂ ਨੇ ਸਾਡਾ ਪਿੰਡ ਮਹਿਣਾ ਤੇ ਬੀਬੀ ਵਾਲਾ ਤੇ ਜੋਗਨੰਦ ਇਹ ਸੇਮਾ ਤੇ ਗੋਇੰਦਪੁਰਾ ਇਹਨਾਂ ਪਿੰਡਾਂ ਦੇ ਸਾਰੇ ਪੰਚਾਇਤਾਂ ਨੂੰ ਮੋਟੋ ਵਾਰਾ ਬੰਦਿਆਂ ਨੂੰ ਸੱਦਣਾ, ਉਹਨਾਂ ਨੇ ਦਿੱਕਤ ਤਕਲੀਫਾਂ ਸੁਣਨੀਆਂ ਤੇ ਤੋਟੀ ਉਹਨਾਂ ਨੇ ਨਿਬੇੜੇ ਕਰਨੇ। ਕੁਛ ਅਫਸਰ ਇਹੋ ਜਿਹੇ ਆਏ ਸੀ ਜਿਨ੍ਹਾਂ ਨੇ ਸੋਚਿਆ ਸੀਗਾ ਵੀ ਮੈਂ ਆਪਦੇ ਕੋਲੋਂ ਲਾ ਕੇ ਵੀ ਇਹਨੂੰ ਸੁਧਾਰ ਕਰਾਂ ਇਹਨੂੰ, ਪਰ ਹੀ ਹੋਇਆ ਵੀ ਸੁਧਾਰ, ਹਾਂ ਹੋਇਆ ਵੀ, ਹੋਇਆ ਵੀ ਸੁਧਾਰ ਉੱਥੇ ਹੋਇਆ ਸੀਗਾ। ਪਰ ਮੈਨੂੰ ਇਕੱਲਾ ਬੰਦਾ ਕੀ ਕਰੂਗਾ? ਜੇ ਲਟੇਰੇ ਵਧਣ ਤੇ ਸਮਾਰਨ ਵਾਲੇ ਘੱਟਣ ਉਹ ਫਿਰ ਕੀ ਕਰੂ ਬੰਦਾ? ਫਿਰ ਤਾਂ ਇਹ ਲੱਗਦਾ ਵੀ ਜੇਕਰ ਉਹਦੀ ਹੁਣ ਸਾਂਭ ਸੰਭਾਲ ਲਓ ਜਾਂ ਇਹੀ ਚੀਜ਼ ਉਹ ਬਣ ਜੂ, ਖਾਈ ਬਣ ਜੂ, ਬਿਲਕੁਲ ਬਣ, ਫਿਰ ਵੇਚਣੀ ਵੀ ਸੌਖੀ ਆ ਸਰਕਾਰ, ਸੌਖੀ ਆ ਜੀ, ਵਿਖੰਡਣ ਬਣ ਗਈ ਹੁਣ ਕਿਸੇ ਕੰਮ ਦੀ ਨਹੀਂ ਇਹ, ਵਿੱਚੋਂ ਪਰੇ ਨੂੰ ਕੀ ਕਹਿੰਦਾ। ਹਾਂ ਤੇ ਪਰ ਉਹ ਚੀਜ਼ ਜਿਹੜੀ ਇਹ ਗਿਆਨੀ ਜੈਲ ਸਿੰਘ ਨੇ ਇਹਦੀ ਕੀਮਤ ਪਾਈ ਸੀ, ਪੰਜਾਬ ਦਾ ਬਿਲਕੁਲ, ਉਹ ਜਦੋਂ ਨੇੜੇ ਤੇੜੇ ਸੀ ਆਉਣਾ ਉਹਨੇ ਰਾਤ ਇੱਥੇ ਰਹਿਣਾ, ਅਸੀਂ ਆਪ ਖੁਦ ਇੱਥੇ ਵਿਹਦੇ ਰਹੇ, ਕਈ ਵਾਰ ਨਹਿਰ 'ਚ ਹੀ ਨਹਾਈ ਜਾਂਦੇ ਹੁੰਦੇ ਇੱਥੇ। ਅੱਛਾ ਜੀ, ਹਾਂ ਗਿਆਨੀ ਜੈਲ, ਹਾਂ ਗਿਆਨੀ ਜੈਲ ਸਿੰਘ ਆਪ, ਹਾਂ ਇੱਥੇ ਨਹਿਰ 'ਚ ਲਾਉਣ ਲੱਗ ਜਾਂਦੇ, ਕਿਸੇ ਨੂੰ ਪਤਾ ਕੌਣ ਹੋਣ ਵਾਲਾ ਨਹੀਂ ਸੀ, ਹੂਟਰ ਵੱਜਦੇ ਤੁਰੇ ਜਾਂਦੇ ਨੇ ਤਾਂ ਖੋਜੋ ਪਾਸੇ ਖੋਜੋ ਪਾਸੇ, ਉਹ ਐਂ ਨਹੀਂ ਸੀ ਉਦੋਂ। ਅੱਛਾ, ਇਸ ਨਹਿਰ ਦੇ ਵਿੱਚ ਗਿਆਨੀ ਜੈਲ ਸਿੰਘ? ਅਸੀਂ ਅਸੀਂ ਖੁਦ ਮੁਸਲਮਾਨ ਆਪ ਦੇਖੇ ਸੀ ਇੱਥੇ ਨਹਾਉਂਦੇ, ਹਾਂ ਨਹਾਉਂਦੇ ਇੱਥੇ, ਕਿਉਂ ਮੈਂ ਪਰਸਨਲ ਜਾਣਦਾ ਸੀ ਉਹਨਾਂ ਨੂੰ ਗਿਆਨੀ ਜੈਲ। ਹਾਂਜੀ ਹਾਂਜੀ, ਉਹਨਾਂ ਨੂੰ ਲੰਘਦੇ ਕਦੇ ਬਹਿੰਦੇ ਰਹੇ ਵੀ ਸਾਡੇ ਚੀਫ ਮਿਨਿਸਟਰ ਨੂੰ, ਹਾਂਜੀ ਅਸੀਂ ਬਹਿੰਦੇ ਰਹੇ ਆਪ ਇੱਥੇ ਨਹਿਰ ਚੜਾਉਂਦੇ ਸੀ, ਆਰਾਮਦਾਇਕ ਕਿਤੇ ਵਧੀਆ ਸੀ, ਕਿੱਥੇ ਹੁਣ ਟੱਬ ਬਣੇ ਹੋਏ ਕੋਠੀ ਗਏ ਤੇ ਕਿੱਥੇ ਖੁੱਲੇ ਪਾਣੀ 'ਚ ਨਹਾਉਣਾ ਇਸੇ। ਮਤਲਬ ਉਹ ਚੀਫ ਮਿਨਿਸਟਰ ਲੋਕਾਂ ਦੇ ਨੇੜੇ ਬੜੇ ਸੀ, ਨੇੜੇ ਸੁਣਦੇ ਸੀ ਲੋਕਾਂ, ਬਿਲਕੁਲ ਦੀ ਗੱਲ ਸੁਣਦੇ ਸੀਗੇ, ਹੁਣ ਵਾਲਿਆਂ ਨੂੰ ਨਹੀਂ ਸੀ ਵੀ ਪਾਸੇ ਹੋ ਜਾਓ, ਅਸੀਂ ਤੁਹਾਡੀ ਗੱਲ ਸੁਣਨ ਤਿਆਰ ਹੀ ਨਹੀਂ। ਹੁਣ ਜੇ ਕੋਈ ਨਿੱਕਾ ਜਿਹਾ ਐਮ ਐਲ ਏ ਹਾਰ ਵੀ ਗਿਆ ਨਾ ਤਾਂ ਉਹ ਪਾਰਟੀ ਦਾ ਰਾਜ ਹੈ, ਉਹ ਵੀ ਆਖੂ ਪਾਸੇ ਹੋ ਜਾਓ, ਕਿਹਾ ਅਸੀਂ ਪਾਸੇ ਹੋ ਜਾਓ, ਇੱਥੇ ਸਾਹਿਬ ਆ ਰਿਹਾ ਇੱਥੇ ਵੀ ਹੈ ਤਾਂ ਉਹੀ ਬੰਦਾ ਜਾਂ ਚੁਣ ਕੇ ਭੇਜਿਆ, ਉਹ ਅਸੀਂ ਭੇਜਿਆ, ਸਿਰਫ ਵੋਟਾਂ ਵੇਲੇ ਕੰਮ ਆਉਂਦੇ ਨੇ, ਉਹ ਕੋਈ ਕੰਮ ਨਹੀਂ, ਕੋਈ ਸੁਣਦਾ। ਬਾਪੂ ਜੀ ਇੱਕ ਹੋਰ ਦੱਸਿਓ, ਹੁਣ ਇੱਥੇ ਕੋਈ ਡੀ ਸੀ, ਕੋਈ ਐੱਸ ਪੀ, ਕੋਈ ਐੱਸ ਐੱਸ ਪੀ, ਕੋਈ ਡੀ ਐੱਸ ਪੀ, ਕੋਈ ਐੱਮ ਐੱਲ ਏ, ਕੋਈ ਐੱਮ ਪੀ, ਕੋਈ ਕੁਛ ਕੋਈ ਵੀ ਆਇਆ ਹੋਵੇ ਕੋਈ ਉੱਤੇ, ਉਹਦੇ ਦਾ ਬੰਦਾ ਹੁਣ ਆਉਂਦਾ ਕੋਈ ਇੱਥੇ ਕਦੇ? ਜੀ ਸਾਨੂੰ ਅੱਗੇ ਤਾਂ ਚੌਂਕੀਦਾਰ ਪਿੰਡ 'ਚ ਜਿਹੜੇ ਜ਼ਿੰਮੇਵਾਰ ਬੰਦੇ ਹੁੰਦੇ ਉਹਨਾਂ ਨੂੰ ਸਲਾਹ ਕਰਦਾ ਵੀ ਫਲਾਣੇ ਅਫਸਰ ਨੇ ਆਉਣਾ ਭਾਈ ਉੱਥੇ, ਜੇ ਕੋਈ ਗੱਲਬਾਤ ਆ ਤੁਸੀਂ ਆ ਜਾਓ, ਠੀਕ ਹੈ ਜੀ, ਅਤੇ ਫਿਰ ਤਾਂ ਅਸੀਂ ਆਉਂਦੇ ਵੀ। ਹੁਣ ਜੇ ਕੋਈ ਚੋਰੀਓਂ ਆ ਕੇ ਇੱਥੇ ਕੋਈ ਮੁੜ ਗਿਆ ਕਰੇ, ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ, ਪਤਾ ਕੋਈ ਪਤਾ ਨਹੀਂ ਲੱਗਦਾ। ਜਿਹੜੀ ਨਹਿਰ ਦਾ ਬਾਪੂ ਜੀ ਨੇ ਜ਼ਿਕਰ ਕੀਤਾ ਨਾ ਕਿ ਗਿਆਨੀ ਜੈਲ ਸਿੰਘ ਹੋਰੀ ਜਿਹੜੇ ਆ ਇੱਥੇ ਜਦੋਂ ਆਉਂਦੇ ਹੁੰਦੇ ਸੀ, ਚੀਫ ਮਿਨਿਸਟਰ ਸਾਡੇ ਇੱਥੇ ਆਉਂਦੇ ਹੁੰਦੇ ਸੀ, ਤਾਂ ਉਹ ਇਸ ਨਹਿਰ ਦੇ ਵਿੱਚ ਜਿਹੜਾ ਨਹਾਇਆ ਕਰਦੀ, ਉਹ ਨਹਿਰ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਥੇ ਅਸੀਂ ਹੁਣ ਫਿਰਦੇ ਹਾਂ। ਇਹ ਵਾਕਿਆ ਦੇ ਵਿੱਚ ਅਖੰਡਰਾ ਜਿਹੜੇ ਏਰੀਏ ਦਾ ਏਰੀਏ ਦੇ ਵਿੱਚ ਹੁਣ ਮੈਂ ਫਿਰਦਾ, ਇਸ ਏਰੀਏ ਦੇ ਵਿੱਚ ਬਾਪੂ ਜੀ ਕਹਿੰਦੇ ਸੀ ਕਿ ਇੱਥੇ ਕਿਸੇ ਵੇਲੇ 80 ਦੀ ਗੱਲ ਆ ਇਹ 1980 ਦੀ, ਕਿ ਇੱਥੇ ਜਿਹੜਾ ਸਰੀਆ ਆਇਆ ਸੀ ਉਹ ਸਰੀਆ ਸ਼ਾਇਦ ਮੁਰੰਮਤ ਦੇ ਲਈ ਹੀ ਆਇਆ ਹੋਵੇ, ਕਿ ਇਸ ਹਵੇਲੀ ਦੀ ਮੁਰੰਮਤ ਕਰਵਾਈ ਜਾਵੇ, ਇਹ ਜਿਹੜੇ ਰੈਸਟ ਹਾਊਸ ਬਣਾਏ ਆ ਉਹਨਾਂ ਦੀ ਮੁਰੰਮਤ ਕਰਵਾਈ ਜਾਵੇ। ਪਰ ਉਹ ਕਹਿੰਦੇ ਵੀ ਉਹ ਕਿੱਧਰ ਖੇਰੂ ਖੇਰੂ ਹੋ ਗਿਆ, ਸਾਨੂੰ ਇਸ ਚੀਜ਼ ਦਾ ਪਤਾ ਤੱਕ ਨਹੀਂ ਲੱਗਿਆ। ਤੁਹਾਨੂੰ ਤਸਵੀਰਾਂ ਉਹ ਦਿਖਾਈਆਂ ਨੇ ਜਿਹੜੀਆਂ ਸ਼ਾਇਦ ਬਹੁਤੇ ਐੱਮ ਐੱਲ ਏਆਂ ਨੂੰ ਪਤਾ ਨਹੀਂ ਹੋਣਾ, ਜਾਂ ਪਤਾ ਵੀ ਹੋਣਾ, ਜਾਂ ਉਹ ਜਿੱਦਾਂ ਬਾਪੂ ਜੀ ਕਹਿੰਦੇ ਕਿ ਅਸੀਂ ਤਾਂ ਨਹੀਂ ਪਹੁੰਚ ਕਰਦੇ ਐੱਮ ਐੱਲ ਏਆਂ ਤੱਕ, ਵੱਡੇ ਅਫਸਰਾਂ ਤੱਕ, ਯਾਰ ਇਹਨਾਂ ਨੇ ਵੇਚ ਹੀ ਦੇਣੀਆਂ ਨੇ, ਜਿੰਨਾ ਚਿਰ ਹੈਗੀ ਆ ਉਨਾ ਚਿਰ ਹੀ ਦੇਖ ਲਈਏ। ਇੱਥੇ ਮੈਂ ਇੱਕ ਵਾਰੀ ਦੱਸਦਾ, ਜਦੋਂ ਤੁਸੀਂ ਗੋਬਿੰਦਪੁਰੇ ਵਾਲੀ ਇਹ ਨਹਿਰ ਆ, ਗੋਬਿੰਦਪੁਰੇ ਵਾਲੀ ਦੇ ਨਹਿਰ ਦੇ ਬਿਲਕੁਲ ਨਹਿਰੀ ਕੋਠੀ ਵੱਜਦੀ ਆ, ਇਹ ਸਰਕਾਰੀ ਰੈਸਟ ਹਾਊਸ ਆ, ਅੰਗਰੇਜ਼ਾਂ ਵੇਲੇ ਦੀ ਬਣੀ ਆ, 1875 ਦੀ, ਜਿਹੜੇ ਸਰਕਾਰੀ ਅਫਸਰ ਸੀ ਉਸ ਵੇਲੇ ਦੇ ਉਹ ਇੱਥੇ ਆਇਆ ਕਰਦੇ ਸੀ, ਇੱਥੇ ਰਿਹਾ ਕਰਦੇ ਸੀ। ਉਸ ਤੋਂ ਬਾਅਦ ਵੀ ਜਿਹੜੇ ਬਾਪੂ ਜੀ ਨੇ ਦੱਸਿਆ ਕਿ 1980 ਤੱਕ ਤਾਂਤਾ ਲੱਗਿਆ ਰਹਿੰਦਾ ਸੀ, 1980 ਤੱਕ ਜਿਹੜੀ ਆ ਭੀੜ ਲੱਗੀ ਰਹਿੰਦੀ ਸੀ ਅਫਸਰਾਂ ਦੀ। ਇੱਕ ਸਮਾਂ 1970-75 ਦਾ, 72 ਦਾ ਉਹ ਸਮਾਂ, 1970-75-72 ਦਾ ਉਹ ਸਮਾਂ ਵੀ ਸੀ ਜਿਹੜੇ ਸਮੇਂ ਦੇ ਵਿੱਚ ਜਿਹੜੇ ਆਫੀਸਰ ਇੱਕ ਦੂਜੇ ਦੇ ਉੱਤੋਂ ਦੀ ਹੋ ਕੇ ਆਇਆ ਕਰਦੇ ਸੀ। ਪਰ ਉਸ ਤੋਂ ਬਾਅਦ 1980-1985-1990 ਦਾ ਸਮਾਂ ਜਦੋਂ ਇਹ ਚੀਜ਼ ਜਿਹੜੀ ਆ ਘਟਣੀ ਸ਼ੁਰੂ ਹੋਈ, ਬਾਪੂ ਜੀ ਨੇ ਦੱਸਿਆ ਸੀ ਕਿ ਸਾਡੇ ਚੀਫ ਮਿਨਿਸਟਰ ਗਿਆਨੀ ਜੈਲ ਸਿੰਘ ਹੋਰੀ ਇਸ ਨਹਿਰ ਦੇ ਵਿੱਚ ਨਹਾਇਆ ਕਰਦੇ ਸਨ। ਇਹ ਉਹ ਨਹਿਰ ਆ ਜਿਹਦੇ ਵਿੱਚ ਬਾਪੂ ਜੀ ਦੇ ਦੱਸਣ ਅਨੁਸਾਰ ਜਿਹੜੇ ਅਸੀਂ ਆਖਦੇ ਹਾਂ ਕਿ ਅਸੀਂ ਉਹਨਾਂ ਨੂੰ ਖੁਦ ਜਿਹੜਾ ਉਹਨਾਂ ਨੂੰ ਨਹਾਉਂਦਿਆਂ ਨੂੰ ਅਸੀਂ ਦੇਖਿਆ ਆ। ਤੁਸੀਂ ਤਸਵੀਰਾਂ ਦੇ ਵਿੱਚ ਇਸ ਵਕਤ ਜਿਹੜੀ ਆ ਕੋਠੀ ਦੇਖ ਰਹੇ ਹੋਵੋਗੇ, ਕੋਠੀ ਦੇ ਬਿਲਕੁਲ ਜਿਹੜੀ ਆ ਨਾਲ ਇਹ ਨਹਿਰ ਆ। ਤਾਂ ਸਾਡਾ ਦਿਖਾਉਣ ਦਾ ਮਕਸਦ ਜਿਹੜਾ ਸੀ ਨਾ, ਦਿਖਾਉਣ ਦਾ ਸਾਡਾ ਮਕਸਦ ਸਿਰਫ ਇਹ ਸੀ ਕਿ ਯਾਰ ਸਾਡੀਆਂ ਜਿਹੜੀ ਜਗ੍ਹਾ ਆ,
सरकार दी सरकार वालों बनाई हो कोठियां ने पुरानियां ने 1800 दी 1800 ईस्वी 1800 साल दी बनिया हुई ने 1900 दे विच बनिया हुई उन्हां दी सांभ संभाल मौजूदा समय दे विच किन्नी का असीं कह दिंदे आ कि यार ये चीज़ देख के सानू अपना पुराना वेला याद आ गया यार पुराने वेले दे विच ये चीज़ हुंदी सी पर मौजूदा समय च भी हैगी आ बई ये चीज़ हजे गई नहीं हले ये चीज़ मौजूदा समय दे विच भी हैगी आ लोड़ की आ लोड़ आ कि यार असीं संभाली किन्नी का